ਇਹ ਨਿਸ਼ਾਨੀਆਂ ਹੁੰਦੀਆਂ ਨੇ, ਸਗਨ ਹੁੰਦੇ ਆ, ਅਪਸਗਨ ਹੁੰਦੇ ਨੇ, ਚੰਗੇ ਮਾੜੇ ਲੱਛਣ ਹੁੰਦੇ ਆ, ਸ਼ੁਭ ਅਸ਼ੁਭ ਵਿਚਾਰ ਹੁੰਦੇ ਆ। ਇਹ ਸਭ ਨਿਸ਼ਾਨੀਆਂ ਨੇ। ਜਿਨ੍ਹਾਂ ਦਾ ਗੁਰੂ ਦੀ ਕਿਰਪਾ ਦੇ ਨਾਲ ਇਹ ਮਾਘ ਦੇ ਮਹੀਨੇ 'ਚ ਸਤਿਗੁਰਾਂ ਨੇ ਸੇਵਾ ਲੈ ਲਈ ਹੈ, ਉਹਨਾਂ ਨੂੰ ਪੂਰੇ ਸਾਲ ਦਾ ਫਿਕਰ ਨਹੀਂ, ਸਾਰਾ ਸਾਲ ਗੁਰਸਾਹਿਬ ਉਹਨਾਂ ਤੋਂ ਸੇਵਾ ਲੈਣਗੇ। ਚੜ੍ਹਦੇ ਮਹੀਨੇ ਸੰਗਰਾਂਦ 'ਤੇ ਕਹਿੰਦੇ ਨਿਸ਼ਾਨੀਆਂ ਨੇ, ਪਹਿਲੇ ਦਿਨ ਜੋ ਜੋ ਤੁਹਾਡੇ ਕੋਲ ਹੋਇਆ ਸਾਰਾ ਮਹੀਨਾ ਇਹੀ ਹੁੰਦਾ ਜਾਏਗਾ। ਸ਼ੁਭ ਅਸ਼ੁਭ ਵਿਚਾਰ ਨੇ, ਸਗਣ ਨੇ ਅਪਸਗਣ ਨੇ, ਚੰਗੇ ਨੇ ਮਾੜੇ ਨੇ, ਵਿਆਹ ਸ਼ਾਦੀਆਂ ਹੁੰਦੀਆਂ ਨੇ। ਜੇ ਵਿਆਹ ਦੇ ਵਿੱਚ ਕਲੇਸ਼ ਝਗੜੇ ਮਾਸ ਸ਼ਰਾਬ ਸਾਰਾ ਕੁਝ ਮਾੜਾ ਹੀ ਹੁੰਦਾ ਜਾਏ, ਉਹ ਵਿਆਹ ਵਾਲੀ ਜੋੜੀ ਪੂਰਾ ਜੀਵਨ ਹੀ ਉਹਨਾਂ ਦੇ ਦਿਨ ਚੰਗੇ ਨਹੀਂ ਹੁੰਦੇ। ਇਹ ਨਿਸ਼ਾਨੀਆਂ ਨੇ। ਮਾਹੋ ਦਿਵਸ ਮੂਰਤ ਭਲੇ ਜਿਸ ਕੋ ਨਦਰ ਕਰੇ, ਜਿਹਦੇ 'ਤੇ ਵਾਹਿਗੁਰੂ ਕਿਰਪਾ ਕਰਦੇ ਨਦਰ ਕਰਦੇ, ਉਹਦੇ ਮਹੀਨੇ ਦਿਨ ਮਹੂਰਤ ਸਾਰੇ ਠੀਕ ਨੇ। ਜਾਂ ਕੋ ਨਦਰ ਕਰੇ ਅੱਜ ਮਾਘ ਦੇ ਮਹੀਨੇ ਦਾ ਆਪਣੇ ਹਿਸਾਬ ਨਾਲ ਆਖਰੀ ਦਿਨ ਹੈ। ਵੈਸੇ ਵੇਦਾਂ ਸ਼ਾਸਤਰਾਂ ਪੁਰਾਣਾਂ ਅਨੁਸਾਰ ਮਾਘ ਦਾ ਮਹੀਨਾ ਪੂਰਨਮਾਸ਼ੀ 'ਤੇ ਸਮਾਪਤ ਹੋ ਗਿਆ। ਮਾਘ ਇਸ਼ਨਾਨ, ਮਾਘ ਮਹਾਤਮ ਪੂਰਨਮਾਸ਼ੀ ਤੋਂ ਪੂਰਨਮਾਸ਼ੀ ਤੱਕ ਹੁੰਦਾ ਹੈ। 15 ਦਿਨ ਵਰੀ ਦੇ ਹੁੰਦੇ ਨੇ, 15 ਦਿਨ ਸੁਦੀ ਦੇ ਹੁੰਦੇ। 15 ਹੈ ਥਿੱਤੀ ਤੇ 7 ਵਾਰ, ਮਹਾਂਰੁੱਤੀ ਆਵੇ ਵਾਰ ਵਾਰ। ਪੜਿਓ, 15 ਹੈ ਥਿੱਤੀ ਤੇ 7 ਵਾਰ। 15 ਹੈ ਥਿੱਤੀ ਤੇ 7 ਵਾਰ, ਮਹਾਰੁੱਤੀ ਆਵੇ ਵਾਰ ਵਾਰ। ਦਿਨ ਸੁਰੈਲ ਤਿਵੇ ਸੰਸਾਰ ਆਵਾਗੌਣ ਕਿਆ ਕਰਤਾ। ਨਿਹਚਲ ਸਾਚ ਰਹਿਆ ਕਲਤਾਰ, ਨਾਨਕ ਗੁਰਮੁਖ ਬੂਝੈ ਕੋ ਸ਼ਬਦ ਵਿਚਾਰ। ਮਹੀਨੇ ਸਾਲ ਦਿਨ ਘੜੀਆਂ ਪਲ ਸਭ ਆਉਂਦੇ ਜਾਂਦੇ ਰਹਿੰਦੇ ਆ। ਇਹ ਸਾਰੀ ਸੰਸਾਰ ਦੀ ਯਾਤਰਾ ਹੈ।